हाँ जी, सत श्रीकाल जी सारिया, वेलकम है तुहाडा अपने यूट्यूब चैनल में। तो उम्मीद करते हैं सारे जने बहुत घेंट हो गए, आप घेंट ही घेंट। तो तमीज़ नहीं है तुम बहन की, अज तो आप ब्लॉग करते हैं स्टार्ट इतों ही। कुछ नहीं यार, डेली ब्लॉग जिदा कि आप बनाई था उदा ही। ਜਿਹੜੇ ਦੋ ਤਿੰਨ ਹੁਣ ਵਲੌਗ ਆਉਣਗੇ ਥੋੜ੍ਹੇ ਜਿਹੇ ਸਪੈਸ਼ਲ, ਨਹੀਂ ਕਹਿ ਸਕਦੇ ਕੀ ਕਹਾਂਗੇ ਉਹਨਾਂ ਨੂੰ ਕਿ ਮੁੱਕ ਦੀ ਗੱਲ ਅੱਗੇ ਤਾਂ ਮੈਂ ਘਰੇ ਬਸ ਖਾਬੋ ਹੁੰਦੇ ਬਣਾ ਲਈਦਾ ਸੀ। ਹੁਣ ਥੋੜ੍ਹੇ ਬਹੁਤੇ ਵਲੌਗ ਕਹਿ ਸਕਦੇ ਜਿਹੜੇ ਆਉਣਗੇ ਦੋ ਤਿੰਨ, ਮੈਂ ਕਿ ਆਪਾਂ ਖਾਲਪੜ ਸਾਹਿਬ ਰਖਾਉਣਾ ਆ ਅਤੇ ਕੱਲ੍ਹ ਨੂੰ ਮਤਲਬ ਸਟਾਰਟਿੰਗ ਆ ਅਤੇ ਐਤਵਾਰ ਭੋਗ ਪੈਣਾ ਆ। ਸੋ ਇਸ ਚੀਜ਼ ਨਾਲ ਰਿਲੇਟਡ ਹੀ ਦੋ ਤਿੰਨ ਵਲੌਗ ਇਹਦੇ ਚੈਨਲ 'ਤੇ ਆਉਣਗੇ ਅਨਮੋਲ ਭੁੱਲਰ ਵਾਲੇ 'ਤੇ, ਅਤੇ ਇੱਕ ਦੋ ਵਲੌਗ ਮੈਨੂੰ ਲੱਗਦਾ ਮੇਨ ਸ਼ਾਇਦ ਜਿੱਦਣ ਭੋਗ ਹੋਊਗਾ ਜਾਂ ਉਹ ਤੋਂ ਇੱਕ ਦਿਨ ਸ਼ਾਇਦ ਪਹਿਲਾਂ ਦਾ ਉਹ ਨਾਮ ਹੈ ਪੀਪਲ ਵਾਲੇ ਚੈਨਲ 'ਤੇ ਆਉਣਗੇ। ਸੋ ਖਾਣ ਪੜ੍ਹਦੇ ਐਵੇਂ ਆ, ਪਹਿਲਾਂ ਆਪਾਂ 23 ਨਵੰਬਰ ਨੂੰ ਭੋਗ ਪਾਉਣਾ ਸੀ ਉਦਣ, ਕਿ ਹੀ ਨਵਦੀਪੇ ਦਾ ਬਰਥਡੇ ਸੀ ਅਤੇ ਪਰ ਉਦਣ ਕੀ ਉਦਣ ਹੀ ਪਿੰਡ ਇੱਕ ਵਿਆਹ ਆ, ਸੋ ਉਹਨਾਂ ਦਾ ਵੀ ਖੰਡ ਪੜ੍ਹਦਾ ਸੀ ਭੋਗ। ਅਤੇ ਫਿਰ ਬਾਬਾ ਜੀ ਆਏ ਹੀ ਕਹਿੰਦੇ ਕਿ ਉਸ ਦਿਨ ਤੁਸੀਂ ਤਾਂ ਅੱਗਾ ਪਿੱਛਾ ਕਰ ਸਕਦੇ ਹੋ, ਵਿਆਹ ਦੀ ਤਰੀਕ ਬੰਨੀ ਬੈਠੀ ਕਿ ਵੇਖ ਲਓ ਜੇ ਮਤਲਬ ਹੋ ਸਕਦਾ ਪੋਸੀਬਲ ਤਾਂ। ਸੋ ਫਿਰ ਆਪਾਂ ਥੋੜ੍ਹਾ ਪਿੱਛੇ ਨੂੰ ਕੀਤਾ ਅਤੇ ਹੁਣ ਆਪਣਾ 21 ਤਰੀਕ ਨੂੰ ਖੰਡ ਪੜ੍ਹ ਸਾਹਿਬ ਦਾ ਭੋਗ ਆ। ਸੋ ਇਸ ਚੀਜ਼ ਨਾਲ ਰਿਲੇਟਡ ਦੋ ਤਿੰਨ ਵਲੌਗ ਆਉਣਗੇ, ਫਿਰ ਉਹ ਤੋਂ ਬਾਅਦ ਨਵਦੀਪੇ ਦਾ ਬਰਥਡੇ ਦੀ ਬਰਥਡੇ ਵੀ 23 ਤਰੀਕ ਨੂੰ, ਉਹ ਤੋਂ ਬਾਅਦ ਉਹ ਵੀ ਵਲੌਗ ਆਉਣਗੇ ਅਤੇ ਉਹ ਵੀ ਆਪਾਂ ਸੈਲੀਬ੍ਰੇਟ ਕਰਾਂਗੇ, ਨਹੀਂ ਆਊਗਾ ਸੋਰੀ। ਅਤੇ ਬਸ ਇਹ ਹੁਣ ਤਾਂ ਦੋ ਤਿੰਨ ਦਿਨ ਥੋੜ੍ਹਾ ਬਿਜ਼ੀ ਚੱਲਣਾ ਹੈ, ਹੋ ਸਕਦਾ ਵਲੌਗ ਪਾਉਣ ਦਾ, ਤੂੰ ਤਾਂ ਪਾ ਹੀ ਦੇਣਾ, ਮੈਂ ਪਾ ਦੇਣਾ ਵੀਰ, ਮੇਰਾ ਵੀਡੀਓ ਰੀਲਾਂ ਪਾਉਣ ਦਾ ਟਾਈਮ ਨਹੀਂ ਲੱਗਦਾ। ਅਤੇ ਚਲੋ ਠੀਕ ਆ, ਮਿਲਦੇ ਹਾਂ। ਅਤੇ ਮੇਨ ਗੱਲ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਆਪਣੇ ਇਹਦੇ ਚੈਨਲ 'ਤੇ ਮੋਲ ਭੁੱਲਰ ਵਾਲੇ 'ਤੇ 10K ਹੋ ਚੁੱਕੇ ਨੇ, ਸਭ ਕੁਛ ਤੁਹਾਡੇ ਪਿਆਰ ਨਾਲ। ਸੋਚਿਆ ਨਹੀਂ ਸੀ ਇੰਨੀ ਛੇਤੀ ਦੇ ਪਹਿਲੇ ਵਲੌਗ ਵੀ ਲੱਖਾਂ ਦਾ ਵੀਡੀਓ ਚੱਲ ਗਿਆ ਨਾ। ਸਹੀ ਗੱਲ, ਇੰਨਾ ਸੋਚਿਆ ਨਹੀਂ ਸੀ ਯਾਰ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਅਤੇ ਕਰੀਏ ਸਟਾਰਟ ਫਿਰ, ਆ ਕੀਤਾ ਹੋਏ ਨਹੀਂ ਮਤਲਬ ਕਿ ਅੱਗੋਂ ਸਟਾਰਟ ਕਰੀਏ। ਅਤੇ ਬਸ ਹੁਣ ਕਰਦੇ ਹਾਂ ਸਟਾਰਟਿੰਗ, ਹੁਣ ਮਤਲਬ ਕੱਪੜੇ ਪ੍ਰੈਸ ਕਰਨੇ ਦਿੱਤੇ ਹੋਏ ਆ, ਕੁਛ ਕੁਛ ਲੈਣੇ ਚੱਲੇ ਹਾਂ ਬਸ ਕੁੜਤੇ ਪਜਾਮੇ, ਅਤੇ ਬਸ ਤਿਆਰੀਆਂ ਆ, ਫਿਰ ਭਾਂਡੇ ਭੁੰਡੇ ਲੈਣ ਜਾਣਾ ਹੈ ਗੁਰਦੁਆਰਾ ਸਾਹਿਬ ਤੋਂ, ਅਤੇ ਬਸ ਇੱਦਾਂ ਹੀ ਨਿੱਕੇ ਨਿੱਕੇ ਕੰਮ ਕੁੰਮ ਜੇ, ਅਤੇ ਘਰੇ ਮੰਮੀ ਤੋਂ ਗਾਣਾ ਖਾਂਦੇ ਖੁੰਦੇ ਵਲੌਗ ਆਪਾਂ ਸ਼ੂਟ ਕਰਦੇ ਰਹਾਂਗੇ। ਉਮੀਦ ਕਰਦੇ ਹਾਂ ਤੁਸੀਂ ਪਿਆਰ ਕਰਦੇ ਰਹੋਗੇ, ਸਬਸਕ੍ਰਾਈਬ ਕਰਦੇ ਰਹੋਗੇ, ਲਾਈਕ ਕਰਦੇ ਰਹੋਗੇ, ਕਮੈਂਟ ਕਰਦੇ ਰਹੋਗੇ, ਸ਼ੇਅਰ ਵੀ ਕਰਦੇ ਰਹੋਗੇ। ਅਤੇ ਚਲੋ ਮਿਲਦੇ। ਅਤੇ ਇੱਕ ਚੀਜ਼ ਹੋਰ ਯਾਰ, ਥੱਲੇ ਮੁੰਡੇ ਦੇ ਲਿੰਕ ਦਿੱਤੇ ਡਿਸਕ੍ਰਿਪਸ਼ਨ ਦੇ ਵਿੱਚ, ਇੰਸਟਾਗ੍ਰਾਮ ਦਾ, ਸਨੈਪਚੈਟ ਦਾ, ਸਾਰਿਆਂ ਨੇ ਜਾ ਕੇ ਫੋਲੋ ਕਰੋ, ਕਿਉਂ ਨਹੀਂ ਕਰਦੇ ਯਾਰ, ਕਰੋ ਯਾਰ। हेलो हाय, पाले पानी, यस, किधर जाना है पानी पाके, किधर गए आप, चले मलाले, मलाले नहीं कपड़े ले, शितरां दी कदी घाट सानू, हम जड़ी कपड़े 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 राती लेके आए सी, राती किथे लेके आए हैं, गल थोड़ी है, तो मैं वैसे ही एक दो दिन लिए धारी लेके आया, कि तो विआह आ गया सानू, विआह मैं पता घेंट ही लगन डी, घेंट लगन नहीं है, सही गल, मैं पता सोनी है, डॉगी ले आना मम्मी, ਤੁਸੀਂ ਤਾਂ ਡੌਗੀ ਜੇ ਨਹੀਂ, ਆਪਾਂ ਡੌਗੀ ਲੈ ਆਉਣਾ, ਬਸ ਉਹ ਦਹਾਂ ਦੇਣਾ ਖੰਡ ਪਾਠ ਨਾ ਕਿ ਤਾਂ ਬਚ ਲੈ ਆਉਣਾ ਆਪਾਂ, ਤੁਸੀਂ ਕੀ ਜੇ, ਅਸੀਂ ਕੁੱਤੇ ਆ, ਉਹ ਤਾਂ ਕੁੱਤੇ ਆ ਨੂੰ ਬਾਹਰ ਨਹੀਂ, ਐ ਹਸੀ ਹਸੀ ਮੰਮੀ ਇਹ ਮੱਥੇ ਵਾਟੀ ਪਿਆ ਰਹਿੰਦਾ, ਕੀ ਜੋਗੀਆਂ ਨੂੰ ਪਤਾ, ਸਹੀ ਆ ਵੇ ਡੀਸੀ ਬੈਠਾ ਹੁੰਦਾ ਜਿਵੇਂ, ਆ ਲੈ ਕੇ ਦੇ ਜਿਹੜਾ ਕਾਗਜ਼ ਜਿਹਾ ਲਾਇਆ ਈ, ਕਿਹੜਾ, ਆ ਟੌਮੀ ਦਾ, ਆ ਆ ਕੀ ਪਿਆ, ਹੱਥ ਚਲਾ ਕੇ ਨਹੀਂ ਕਰਨੀ ਕਿਸੇ ਨਾਲ, ਮੇਰੇ ਨਾਲ ਬੰਦਾ ਮੁੱਛ ਦਾੜੀ ਦੀ ਸ਼ਰਮ ਕਰ ਲਏ, ਆਵਾਜ਼ ਸਿਰਾ ਨਾ ਮੇਰੀ, ਆਵਾ ਗਾਣਾ ਕੱਢ ਦੇਣਾ ਇੱਕ, ਕੱਢ ਦੇਣਾ ਗਾਣਾ, ਬੂਥੀ ਵੇਖੀ ਮਾਰਦੀ, ਗਾਣਾ ਕੱਢ ਦੇਣਾ ਗਾਣਾ, ਹੈਪੀ ਤੈਨੂੰ ਆਪਾਂ ਸਾਈਡ ਤੇ ਢੋਲ ਵਜਾਉਣ ਵਾਲਾ ਰੱਖ ਲੈਣਾ,
ਨਹੀਂ ਸੌਰੀ ਤੈਨੂੰ ਸਾਈਡ ਤੇ ਪੈਸੇ ਚੁੱਕਣ ਵਾਲਾ ਰੱਖ ਲੈਣਾ ਆਪਾਂ ਚੁੱਕੂੰਗੀ ਪਰਾਂ ਕਰਾਂ ਜੇ ਵੀ ਡਾਂਸਰ ਹੀ ਬੰਨਾ ਨਹੀਂ ਆਪਾਂ ਵੀਰ ਸ਼ੋਅ ਲਾਇਆ ਕਰਨੇ ਆ ਉਹ ਰਹਿਣ ਦੇ ਚਾਦਰ ਵਿੱਚ ਤੇ ਨਹੀਂ ਏ ਹੁਣੇ ਇਕੱਠੀ ਹੋ ਜਾਣੀ ਨਮੋ ਨਾਕ ਚ ਜਿਉ ਤਾਉਂ ਕਰ ਲਿਓ ਜੀ ਹੁਣੇ ਇਕੱਠੀ ਹੋ ਜਾਣੀ ਓ ਮੈਂ ਕਿ ਆ ਗਈ ਨਾ ਯਾਰ ਤੂੰ ਨਹੀਂ ਤੇ ਹੁਣ ਨਾ ਮਾਰ ਇਹਦੇ ਨਮੋ ਸ਼ਰਮ ਨਹੀਂ ਕਿ ਫਿਰ ਤੈਨੂੰ ਸ਼ਰਮ ਕਾਦੀ ਇਹਦੇ ਚ ਮੈਂ ਤਾਂ ਤੇਰੇ ਨਾਲ ਵਿਛਾਉਣ ਡਿਆ चपेट तो बंद ही है मैं को क्या यार चढ़न डिया तेन अद्धी रात देती टाइम बाला वे ने पत बाजा डंडा वो बज्जी भी बड़ी करारी होनी है चेक करके चप्पल चली कूल कूल बेबी कूल ओ इधर आ निकल जा मेरा दिल हो तू विशी चले मां आप ही रहन दे दे कितनी यार चाहिए मैं भाई हम सॉरी कट गए नहीं तू और ना कि नहीं ना मोर मैं चूर नहीं मां मैं चप्पल तेरा मुंह कोड़ दे रहा है चप्पल वैक्स करा ली अपन वैक्स मगर ये भाई लच्छन ने काल करा कोई ले आए जी हुन की वेना फिर पहले चुक के ला गए तो
ਤੇ ਲੈ ਕੇ ਜਾਵਾਂਗੇ ਔਰ ਛੱਡ ਕੇ ਥੋੜੀ ਜਾਵਾਂਗੇ ਮੇਰੇ ਪੁੱਤ ਲੈ ਕੇ ਆਉਣੇ ਜੇ ਮੇਰੇ ਪੁੱਤ ਆ ਤੇ ਇਹ ਆ ਗਏ ਪਤਾ ਨਹੀਂ ਕੀ ਕੁਝ ਖਰੀਦ ਕੇ ਲਿਆਇਆ ਹੈ ਅੱਜ ਕੀ ਖਰੀਦਿਆ ਆ ਦੇ ਲੈ ਮੈਂ ਵੀ ਡੰਡਾ ਚੜਾਤਾ ਹੀ ਅੱਜ ਅੱਛਾ ਇਹ ਆਖ ਲਿਆ ਹੋਵੇ ਛੰਡੀ ਬੜੀ ਨਾ ਬਾਟਾ ਚੱਲ दस कि लाइए पैसा ला चक मम्मी कठा ही कैश ही वेला किलो दो किलो दुध बता देना ले गोपी आप गड्डी कढ़ा ली नवी जन्मदिन नवी गड्डी दी टल्ली नहीं चलदी महंगी गड्डी दे स्क्रैच पा दे महंगी गड्डी दे स्क्रैच पा दे जा मामा ओए आउटर रणवीर ओवें दा मुंह इधर लगा ससके मासी और जा है पी हार गए जवाक तो वीर बधाई हो मुंडे का ब्याह यार सारे जने नहीं सारे ने नहीं पहुंचरा काम ज्यादा वैसे नहीं नहीं बधाई दो महा सारे ब्याह बड़ी 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 मुश्किल के नाल आया ब्याह आया महा किधर खोल गया सुन ना किधर भाई मित्र जनो ब्याह आ गया पहला तो कार्ड पढ़ो टंगो वीर पहुंचे टंगो ला ला दूजी पा ला लिबड़ जानी लिबड़ने गिली ओही चलो फिर हो जाओ स्टार्ट हजूर पानी नहीं गेटों बाहर जान देना मैं ताड़े सारे ते निगरानी रखूंगा चलो चलो वाइपर लाया पी ओ वे चावा जवाना दे हिम्मत नहीं छड़नी मैं बैठा जे ਨਾ ਮੰਮੀ ਇੱਥੇ ਆ ਜਾ ਮੇਰੇ ਕੋਲ ਤੂੰ ਕਿਹੜਾ ਕੋ ਕਰਨਾ ਕਰਾ ਲਈ ਆ ਜਾ ਉਰੇ ਆ ਜਾ ਹੁਣ ਬਚਿਆ ਰਹੀ ਮੇਰੀ ਤਾਂ ਨਹੀਂ ਦਿਖਣੀ ਮੈਨੂੰ ਤਾਂ ਕੋਈ ਡਰ ਨਹੀਂ ਹੋਦਾ ਤੇ ਮੇਰੀ ਕਿਹੜਾ ਨਵੀਂ ਆਪਾਂ ਕੋਲ ਪੀਸੀਆਂ ਆ ਜਾ ਚੁੱਪ ਕਰਕੇ ਬਹਿ ਜਾ ਮੇਰੀ ਥਾਂ ਤੇ ਬਹਿ 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 बनी गल वेख्या जट दी स्कीम
ਤੋਂ ਪਰ ਗਹਿਣਾ ਵੇਲਾ ਜੇਸੀਬੀ ਨੇ ਬੁੱਟਿਆ ਹੈ ਸਪੈਸ਼ਲ ਮੰਗਾਉਣੀ ਪਈ ਤੇ ਕੀ ਹੋ ਗਿਆ ਕਿਹੜੀ ਸਫਾਈਆਂ ਹੋ ਰਹੀਆਂ ਨੇ ਮਾਜਾ ਮੇਰਾ ਕੋਲ ਇੱਥੇ ਹੋਇਆ ਮੇਰਾ ਮਾਜਾ ਕੋਲ ਜਿਹੜੇ ਨਾਲ ਤੇ ਨਹੀਂ ਲਾਇਆ ਉਸ ਦਾ ਕੀਤਾ ਸਾਰਾ ਮੇਰਾ ਮਾਜਾ ਕੋਲ ਕਹਿੰਦਾ ਸਫਾਈਆਂ ਹੋ ਰਹੀਆਂ ਨੇ ਮੇਰੀ ਗੱਲ ਸੁਣ ਲਾ ਗੋਪੀ ਸਵੇਰੇ ਟਾਈਮ ਨਾਲ 8 ਵੀ 9 ਵਜੇ 9 ਵਜੇ ਜਿਹੜਾ ਆਹ ਯਾਰ ਕਲੀ ਵੀ ਸਭ ਤੋਂ ਵੱਡਾ ਸੇਵਾ ਦਾ ਕਿਵੇਂ ਕਿਵੇਂ ਹਰਾ ਇੱਥੇ ਆ ਕੇ ਵੇਖ ਦੱਸ ਕੀ ਹੋ ਗਿਆ ਕਹਿੰਦੇ ਲਾਈਟਾਂ ਜਗ ਪਈਆਂ ਨੇ ਮੇਰੇ ਵੀਰੋ ਲਾਈਟ ਹਾਂ ਚਲੋ 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 ਮਿੱਤਰੋ ਇਹਦੇ ਵਿੱਚ ਰੱਖ ਦੋ ਯਾਰ ਧੋ ਲੈਨੇ ਇੱਥੇ ਮੰਨ ਇਹਦਾ ਪੈਰ ਪਾ ਧੋ ਲੈ ਹਾਂ ਮੈਂ ਨਾ ਹਾਂ ਨਹੀਂ ਕਿ ਸਿੱਧੀ ਜੀ ਗੱਲ ਸਾਹ ਤੇ ਬੜੀ ਅੱਗੀ ਓਏ ਵਲੌਗ ਬੰਦਾ ਵੀ ਹੈ ਨਾ ਤਾਂ ਮੁੰਡਾ दो बजे तो बाद कभी भी नवैप वाले चैनल पर आ सकता है नवदीप वाला ब्लॉग सो जाके वह भी देखियो तो उस तो बाद हम नैक्सट डे वाला ब्लॉग यानी कि कल वाला जितना आप श्री गुरु ग्रंथ साहब जी लैके आना है ना वो भी नवैप वाले चैनल पर ही आऊगा अज शाम को पहले 2-3 बजे तो बाद नवदीप वाला ब्लॉग फिर कल या परसों आप इस तो नैक्सट डे वाला ब्लॉग नवैप वाले चैनल पर अपलोड कर देंगे उम्मीद करते हैं सारे ने जाके वह भी जरूर चैक करेंगे तो यह भी सारे वधिया लगा होगा तो इतने करते हैं ब्लॉग का एंड ओके टाटा बाय।